ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦਾ ਹਾਂ ਤੂੰ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਤੇ ਜਿਸ ਤਰ੍ਹਾਂ ਹੁਣ ਪੂਰੀ ਦੁਨੀਆ ਚ ਪੂਰੇ ਸੰਸਾਰ ਚ ਇੱਕ ਮੁੱਦਾ ਬਹੁਤ ਨੰਬਰ 1 ਹੈ ਇਸ ਟਾਈਮ ਉਹ ਨ ਕਿਸਾਨ ਮੋਰਚਾ ਇੰਡੀਆ ਚ ਤੇ ਰੱਬ ਕਰੇ ਕਿ ਅਸੀਂ ਮੋਰਚਾ ਬਤੇ ਕਰਕੇ ਆਈਏ ਸਾਰੇ ਤੇ ਮੈਂ შეਦੇ ਰਿਲੇਟਡ ਹੀ ਦੋ ਚਾਰ ਲਾਈਨਾਂ ਲਿਖੀਆਂ ਨੇ ਕਵਿਤਾ ਲਿਖੀ ਇੱਕ ਤਰ੍ਹਾਂ ਦੀ ਕਵਿਤਾ ਤਾਂ ਮੈਂ ਪਹਿਲੀ ਗੱਲ ਤਾਂ ਇਹ ਕਹਿਣਾ ਕਿ ਮੈਂ ਕੋਈ ਲੇਖਕ ਨਹੀਂ ਆ ਨਾ ਹੀ ਕੋਈ ਕਵੀ ਆ ਤੇ ਨਾ ਹੀ ਕੋਈ ਸਿੰਗਰ ਆ ਗਾਣਾ ਤਾਂ ਮੈਨੂੰ ਆਉਂਦਾ ਨਹੀਂ ਤਾਂ ਦੋ ਚਾਰ ਲਾਈਨਾਂ ਜੋੜ ਲਈ ਦੀਆਂ ਹੀ ਬਸ ਮਨ ਪਰਚਾਉ ਆਪਣਾ ਕਰ ਲਈਦਾ ਤਾਂ ਉਸੇ ਦੇ ਰਿਲੇਟਡ ਆਪਾਂ ਇੱਕ ਦੋ ਚੀਜ਼ ਲਿਖੀ ਹੈ ਤਾਂ ਮੈਂ ਤੁਹਾਡੇ ਸਾਹਮਣੇ ਕਵਿਤਾ ਸ਼ੁਰੂ ਕਰਨਾ ਕਵਿਤਾ ਦਾ ਨਾਮ ਹੈ ਜੀ ਮੈਂ ਆਪਣੇ ਉੱਤੇ ਲੋਕਤੰਤਰ ਰੱਖਿਆ ਜੀ ਕਿ ਲੋਕਤੰਤਰ ਭਾਰਤ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਤਾਂ ਉਸ ਦੇ ਅਨੁਸਾਰ ਮੈਂ ਫਿਰ ਕਵਿਤਾ ਲਿਖੀ ਇੱਕ ਤਾਂ ਕਵਿਤਾ ਸ਼ੁਰੂ ਕਰਨਾ ਜੀ ਮੈਂ ਕਹਿੰਦਾ ਪਹਿਲਾ ਰੋਲਿਆ ਸੜਕਾਂ ਤੇ ਤੇ ਸਾਡੀ ਫਸਲਾਂ ਨੂੰ ਪਹਿਲਾ ਰੋਲਿਆ ਸੜਕਾਂ ਤੇ ਤੇ ਸਾਡੀ ਫਸਲਾਂ ਨੂੰ ਹੁਣ ਰੋਲ ਰਿਆ ਸੜਕਾਂ ਤੇ ਸਾਡੀ ਨਸਲਾਂ ਨੂੰ ਉਹਨ ਰੋਲ ਰਿਆ ਸੜਕਾਂ ਤੇ ਸਾਡੀ ਨਸਲਾਂ ਨੂੰ ਜ਼ਮੀਨਾਂ ਖੋਹਣ ਦਾ ਇਹ ਜੋ ਰਚਿਆ ਤੁਛੜ ਅੰਤਰ ਹੈ ਨਹੀਂ ਦੱਸ ਦਿੱਲੀਏ ਇਹ ਕਾਦਾ ਲੋਕਤੰਤਰ ਹੈ ਨਹੀਂ ਦੱਸ ਦਿੱਲੀਏ ਇਹ ਕਾਦਾ ਲੋਕਤੰਤਰ ਹੈ ਕਹਿੰਦੇ ਅੰਨੇ ਭਗਤ ਹੱਲੇ ਵੀ ਸਹੀ ਦੱਸੀ ਜਾਂਦੇ ਆਪਣੇ ਪਿਓ ਨੂੰ ਅੰਨੇ ਭਗਤ ਹੱਲੇ ਵੀ ਸਹੀ ਦੱਸੀ ਜਾਂਦੇ ਆਪਣੇ ਪਿਓ ਨੂੰ ਉਹਨਾਂ ਦਾ ਹੀ ਪਿਓ ਦੇਸ਼ ਦੀ ਲਗਾਮ ਤੇ ਚੱਲਿਆ ਇੱਕ ਦੂ ਨੂੰ ਉਹਨਾਂ ਦਾ ਹੀ ਪਿਓ ਦੇਸ਼ ਦੀ ਲਗਾਮ ਦੇ ਚੱਲਿਆ ਇੱਕ ਦੋ ਨੂੰ ਉਹ ਖੁਦ ਤਾਂ ਬਣ ਗਿਆ ਸੈਲਾਂ ਤੇ ਚੱਲਣ ਵਾਲਾ ਜੰਤਰ ਹੈ ਨੀ ਦਸਦੀਲੀਏ ਇਹ ਕਾਹਦਾ ਲੋਕਤੰਤਰ ਹੈ ਨੀ ਦਸਦੀਲੀਏ ਇਹ ਕਾਹਦਾ ਲੋਕਤੰਤਰ ਹੈ ਕਹਿੰਦਾ ਅ ਦੋ ਚਾਰ ਗੈਨੇ ਸ਼ਨ ਕਰੇ ਨੇ ਬਾਲੇ ਨੇ ਦੋ ਚਾਰ ਗੈਨੇ ਸ਼ਨ ਕਰੇ ਨੇ ਬਾਲੇ ਵੇ ਜਦ ਕਿ ਉਦੋਂ ਉਲੰਘਣਾ ਚੱਲ ਰਿਹਾ ਸ਼ਾਂਤ ਨਹੀਂ ਸਾਡੇ 40 ਹੋ ਗਏ ਸ਼ਹੀਦੇ ਅੱਜ ਉਹਨਾਂ ਨੂੰ ਹੱਲੇ ਵੀ ਦਿਸਦਾ ਰਾਜਪੂਤ ਸ਼ਾਂਤ ਨਹੀਂ ਸਾਡੇ ਹੋ ਗਏ ਸ਼ਹੀਦ 40 ਅੱਜ ਉਹਨਾਂ ਨੂੰ ਦਿਸਦਾ ਰਾਜਪੂਤ ਸ਼ਾਂਤ ਨਹੀਂ ਇੱਥੇ ਆ ਕੇ ਤਾਂ ਸੋਚਾਂ ਵਿੱਚ ਆ ਜਾਂਦਾ ਅੰਤਰ ਹੈ ਇੱਥੇ ਆ ਕੇ ਤਾਂ ਸਾਡੀ ਸੋਚਾਂ ਵਿੱਚ ਆ ਜਾਂਦਾ ਅੰਤਰ ਹੈ ਨਹੀਂ ਦਸਦੀਲੀ ਇਹ ਇੱਕ ਆਧਾ ਲੋਕਤੰਤਰ ਹੈ ਜਿਹਦੇ ਤੇ ਸੀ ਮਾਣ ਸਾਨੂੰ ਕਹਿੰਦਾ ਜਿਹਦੇ ਤੇ ਸੀ ਮਾਣ ਪੰਜਾਬੀਆਂ ਨੂੰ ਉਹਨੇ ਮੂੰਹ ਤੇ ਲਾਲੀ ਫੈਵੀਕ ਵਿਕਵੇ ਦੇਸ਼ ਦਾ ਆਜ਼ਾਦ মিডিਆ ਵੀ ਕੁੱਡੀਆਂ ਪਾ ਗਿਆ ਵਿਕਵੇ ਕਹਿੰਦਾ ਦੇਸ਼ ਦਾ ਆਜ਼ਾਦ মিডিਆ ਵੀ ਕੁੱਡੀਆਂ ਪਾ ਗਿਆ ਵਿਕਵੇ Hindu Muslim Sikh ਭਾਈਚਾਰ Hindu Muslim Sikh ਭਾਈਚਾਰਾ ਹੋ ਗਿਆ ਹੁਣ 71 ਹੈ ਨਹੀਂ ਹੁਣ ਦੱਸਾਂਗੇ ਦਿੱਲੀਏ ਕੀ ਹੁੰਦਾ ਲੋਕਤੰਤਰ ਹੈ ਨਹੀਂ ਹੁਣ ਦੱਸਾਂਗੇ ਦਿੱਲੀਏ ਕੀ ਹੁੰਦਾ ਲੋਕਤੰਤਰ ਹੈ ਤਾਂ ਸੁਣਨ ਵਾਸਤੇ ਮਿਰਵਨੀ ਤਾਂ ਬਾਕੀ ਤੁਸੀਂ ਮੈਂ ਕੋਈ ਡਾ ਸਿਆਣਾ ਨਹੀਂ ਆ ਇਹ ਹੀ ਕਹਾਂਗਾ ਕਿ ਪਹਿਲੀ ਗੱਲ ਤਾਂ ਮੈਂ ਸੋਧਦਾ ਤੁਸੀਂ ਸਾਰੇ ਹੀ ਅਰਦਾਸ ਬੇਨਤੀ ਕਰਦੇ ਹੋਣੇ ਕਿ ਜਿਹੜੇ ਅੰਦੋਲਨ ਚ ਗਏ ਜਿਹੜਾ ਜਿਹੜਾ ਵੀ ਅੰਦੋਲਨ ਤੇ ਵਿਚ ਅੰਦੋਲਨਕਾਰੀ ਬਣਿਆ ਹੋਇਆ ਇਸ ਟਾਈਮ ਤਾਂ ਰੱਬ ਉਹਨੂੰ ਤੰਦਰੁਸਤੀਆਂ ਬਖਸ਼ੇ ਤੁਸੀਂ ਸਾਰੇ ਅਰਦਾਸ ਬੇਨਤੀ ਕਰਦੇ ਹੋਣੇ ਜੇ ਨਹੀਂ ਕਰਦੇ ਤਾਂ ਕਰਿਆ ਕਰੋ ਹੀ ਕਿਉਂਕਿ ਇਹ ਸਾਡੀ ਨਸਲਾਂ ਵਾਸਤੇ ਜ਼ਰੂਰੀ ਹੈ ਕੱਲ ਦੀਆਂ ਪੀੜ੍ਹੀਆਂ ਵਾਸਤੇ ਜ਼ਰੂਰੀ ਹੈ ਤੇ ਬਾਕੀ ਆਪਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਿਦਾਂ ਲੱਗੀ ਤੇ ਅੱਗੇ ਸ਼ੇਅਰ ਜਰੂਰ ਕਰਦੇ ਹੋ ਜੀ ਤਾਂ ਇਦਾਂ ਦੇ ਲੈ ਕੇ ਆਵਾਂਗੇ ਹੋਰ ਜੀ ਚੀਜ਼ਾਂ ਵਧੀਆ ਲੱਗਿਆ ਤਾਂ ਤਾਂ ਵੀ ਦੱਸਿਓ ਜੇ ਮਾੜੀ ਲੱਗੀ ਜੇ ਤਾਂ ਵੀ ਦੱਸਿਓ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰਹਾ ਪਰ ਆਖਾ ਤੁਹਾਨੂੰ ਚੜਦੀ ਕਲਾ ਜ ਰੱਖੇ ਬਾਏ ਬਾਏ